ਬਾਲਾ ਮਾਣਾ ਡਰ ਗਈ ਮੈਂ ਟੋਪ ਕੁਆਲਿਟੀ ਦੀ ਝੋਟੀ ਦਿਖਾਉਂਦੇ ਆਪਾਂ ਕੱਦ ਘੱਟ ਬਹੁਤ ਹੈਗਾ ਵੇਲ ਵੀ ਬਹੁਤ ਹੈਗੀ ਤੇ ਸਿੰਗਾਂ ਸੁੰਗਾਂ ਦੀ ਵੀ ਕੁੰਡੀ ਹੈਗੀ ਵਿੱਚ ਹੈਗੀ ਵੱਡੇ ਕੱਦ ਕਾਰਡ ਦੇ ਵਿੱਚ ਆ ਤੇ ਪਿੱਠ ਪੁੜਾ ਦੇਖ ਸਕਦੇ ਤੁਸੀਂ ਆਰਡਰ ਵੀ ਦੇਖ ਸਕਦੇ ਚੰਗਾ ਥੋੜਾ ਜਿਹਾ ਡਰ ਲਓ ਵੀ ਦੋਸਤੋ ਤੁਹਾਨੂੰ ਆਪਾਂ ਐਚ ਐਫ ਦੇ ਵਿੱਚ ਪੈਂਦੀ ਗਾਂ ਤੋਰ ਕੇ ਦਿਖਾਉਂਦੇ ਹਾਂ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਆਪਣੇ ਚੈਨਲ ਦੇ ਉੱਤੇ ਦੋਸਤੋ ਅੱਜ ਆਪਾਂ ਪਹੁੰਚੇ ਹੋਏ ਹਾਂ ਪਸ਼ੂ ਮੰਡੀ ਰਾਮਪੁਰਾ ਫੂਲ ਜਿਹੜੀ ਕਿ ਹਰੇਕ ਮਹੀਨੇ ਦੀ 1 ਤਰੀਕ ਨੂੰ ਲੱਗਦੀ ਆ ਅਤੇ ਪੱਕੀ ਮੰਡੀ ਆ ਪੂਰੀ ਟੋਪ ਦੀ ਮੰਡੀ ਆ ਟੋਪ ਟੋਪ ਦੇ ਜਾਨਵਰ ਪਹੁੰਚਦੇ ਆ ਅਤੇ ਅੱਜ ਮਾਲ ਬਹੁਤ ਪਹੁੰਚਿਆ ਮਿੱਤਰੋ ਰਿਕਾਰਡ ਟੁੱਟ ਗਿਆ ਬਹੁਤ ਮੰਡੀਆਂ ਆਉਂਦੇ ਆ ਭਰਗੀ ਹੁੰਦੀ ਆ ਪੂਰੀ ਫੁੱਲ ਭਰੀ ਹੁੰਦੀ ਆ ਮੰਡੀ ਅਤੇ ਇਸ ਵਾਰ ਦਾ ਰਿਕਾਰਡ ਹੀ ਟੁੱਟ ਗਿਆ ਸਾਰੀਆਂ ਮੰਡੀਆਂ ਨਾਲੋਂ ਬਹੁਤ ਜ਼ਿਆਦਾ ਮਾਲ ਪਹੁੰਚਿਆ ਹੈਗਾ ਸਿਰਾ ਤੋਂ ਸਿਰਾ ਮਾਲ ਆ ਪੂਰਾ ਟੋਪ ਕੁਆਲਿਟੀ ਦਾ ਮਾਲ ਆ ਅਤੇ ਮੰਡੀ ਪੂਰੀ ਫੁੱਲ ਭਰੀ ਹੋਈ ਹੈਗੀ ਦੇਖ ਸਕਦੇ ਹੋ ਤੁਸੀਂ ਸਾਰੇ ਪਾਸੇ ਫੁੱਲ ਆ ਅਤੇ ਇੱਧਰ ਸ਼ੈੱਡਾਂ 'ਚ ਵੀ ਫੁੱਲ ਆ ਪੂਰਾ ਕੰਮ ਅਤੇ ਇੱਧਰ ਤੰਬੂਆਂ ਵਾਲੇ ਪਾਸੇ ਵੀ ਕਿਸੇ ਪਾਸੇ ਵੀ ਜਗ੍ਹਾ ਨਹੀਂ ਹੈਗੀ ਪਸ਼ੂ ਵਾਧੂ ਖੜਾਉਣ ਨੂੰ ਆਸੇ ਪਾਸੇ ਪਸ਼ੂ ਖੜਾਏ ਹੈਗੇ ਅਤੇ ਬਾਕੀ ਬਾਹਰ ਪਸ਼ੂ ਉਤਾਰ ਕੇ ਬਾਹਰ ਪਸ਼ੂ ਖੜਾਏ ਆਸੇ ਪਾਸੇ ਕਿਉਂਕਿ ਜਗ੍ਹਾ ਹੈ ਨਹੀਂ ਸੀ ਇੰਨਾ ਮਾਲ ਸੀਗਾ ਬਾਕੀ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਚੰਗੇ ਚੰਗੇ ਪਸ਼ੂ ਟੋਪ ਕੁਆਲਿਟੀ ਦੀ ਝੋਟੀ ਦਿਖਾਉਂਦੇ ਹਾਂ ਆਪਾਂ ਕੱਦ ਘੱਟ ਬਹੁਤ ਹੈਗਾ ਵੇਲ ਵੀ ਬਹੁਤ ਹੈਗੀ ਅਤੇ ਸਿੰਗਾਂ ਸੁੰਗਾਂ ਦੀ ਵੀ ਕੁੰਡੀ ਹੈਗੀ ਬੋਰਡ ਦਾ ਇੱਕ ਸਿੰਗ ਦਾ ਸ਼ਾਇਦ ਪੋਪਲਾ ਲਿਆ ਵਾ ਬਾਕੀ ਹੈ ਟੋਪ ਕੁਆਲਿਟੀ ਦੀ ਹੈ ਪੂਰੀ ਇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਇਹਦੀ ਇੱਧਰਲਾ ਸਿੰਗ ਦੇਖ ਸਕਦੇ ਹੋ ਬਾਕੀ ਥਣ ਥੁਣ ਦੇਖ ਸਕਦੇ ਹੋ ਬਹੁਤ ਚੰਗਾ ਲੱਗਿਆ ਵਾ ਵੱਡਾ ਪਿੱਠਪੁੜੇ ਦੀ ਵੀ ਬਹੁਤ ਚੌੜੀ ਹੈਗੀ ਬਾਕੀ ਆਪਾਂ ਬਾਈ ਤੋਂ ਡਿਟੇਲ ਪੁੱਛ ਲੈਣੇ ਕੀ ਡਿਟੇਲ ਆ ਜੀ ਕੀ ਗੱਲਬਾਤ ਬੰਦੇ ਬੰਦੇ ਚੈੱਕ ਤੁਸੀਂ ਦੁਬਾਰੇ ਕਰ ਸਕਦੇ ਹੋ ਕੋਈ ਕਮੀ ਨਹੀਂ ਗੀ ਬਸ ਇੱਕ ਥੋੜ੍ਹੀ ਜਿਹੀ ਪੂਸ ਜ਼ਰੂਰ ਟੁੱਟੀ ਵੀ ਹੈਗੀ ਅਤੇ ਬਾਕੀ ਤੁਸੀਂ ਆਰਡਰ ਦੁਬਾਰੇ ਦੇਖ ਸਕਦੇ ਹੋ ਥਣਾ ਦਾ ਦੇਖ ਸਕਦੇ ਅਤੇ ਡਿਟੇਲ ਆਪਾਂ ਬਾਈ ਤੋਂ ਲੈ ਲੈਂਦੇ ਕੀ ਡਿਟੇਲ ਹੈ ਜੀ ਕੀ ਗੱਲਬਾਤ ਹੈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਾਈ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈ ਆ ਹਾਂਜੀ ਹਾਂਜੀ ਕੀ ਡਿਟੇਲ ਆ ਇਹਦਾ 1,30,000 ਆ ਬਾਈ 1,30,000 ਮੁੱਲ ਆ ਹਾਂਜੀ ਹਾਂਜੀ ਠੀਕ ਆ ਛੱਡਣੀ ਕਿੰਨੇ ਦੀ ਆ 10 ਦੀ 1,10 ਦੀ ਹਾਂਜੀ ਬਾਕੀ ਹੋਰ ਵੀ ਹੋ ਜੂਗਾ ਨਾ ਨਾ ਹੋਰ ਨਹੀਂ ਹਾਂ ਨਾ ਹੀ ਆ ਹਾਂ ਹਾਂ ਨਾ ਠੀਕ ਆ ਕਿਵੇਂ ਗੱਬਣ ਅੱਗ ਮੈਂ ਇਹ ਕੱਢਦੀ ਆ ਜੇ 15-16 ਦਿਨ ਪਏ ਆ ਮੈਂ ਇਹਦੇ ਅਸੀਂ ਅਜੇ ਤਾਂ ਬਾਵਾ ਦਿਨਾਂ ਦੀ ਕੱਚੀ ਹੈ ਹਾਂ 15-16 ਦਿਨ ਪਏ ਆ ਮੈਂ ਇਹਦੇ ਪਹਿਲੇ ਸੂਏ ਸੁਣਾ ਹਾਂ ਨਾ ਦੂਜੇ ਸੁਣਾ ਇਹਦੇ ਦੂਜੇ ਸੂਏ ਹਾਂਜੀ ਹਾਂ ਤੇ ਦੰਦਾਂ 'ਚ ਤਾਂ ਨਹੀਂ ਪਤਾ ਕਿਵੇਂ ਨਾ 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 ਬਈ ਚੈੱਕ ਕਰ ਲਾ ਜਾਂ ਕੋਈ ਨਾ ਕਰਾ ਨਹੀਂ ਦੇਖ ਲਾ ਜੇ ਦੰਦਾਂ 'ਚ ਹਾਂ ਚੈੱਕ ਕਰਾ ਦਿੰਦੇ ਬਾਈ ਨੂੰ ਪਤਾ ਨਹੀਂ ਹੈਗਾ ਹੈਗਾ ਦੰਦਾਂ 'ਚ 6 ਦੰਦ ਹੈਗੀ ਬਾਕੀ ਪਸ਼ੂ ਕਈ ਵਾਰੀ ਖਰਾਬ ਕਰਦਾ ਹੈਗਾ ਤੇ ਬਾਈ ਦੁੱਧ ਕਿੰਨਾ ਪਾ ਦੂ ਇਹ ਦੁੱਧ ਪਾਉਣਾ 18-19 ਕਿਲੋ 22-23 ਲੀਟਰ ਦੀ ਮਾਂ ਨੇ ਪਾਇਆ ਬਾਈ ਸੇ ਮਾਂ ਦਾ ਇੰਨਾ ਰਿਕਾਰਡ ਹੈਗਾ ਹਾਂ ਹੈਗਾ ਰਿਕਾਰਡ ਸਾਰਾ ਠੀਕ ਹੈ ਤੇ ਆਪਣੀ ਕਿਵੇਂ ਕਰਦੀ ਹੈ ਕਿ ਵਪਾਰ ਦਾ ਕੰਮ ਕਰਦੀ ਬਾਈ ਕਰਦੀ ਮੈਂ ਤੇ ਉਹ ਵਪਾਰ ਦਾ ਕੰਮ ਵੀ ਕਰਦੇ ਹਾਂ ਹਾਂ ਵਪਾਰ ਦਾ ਕੰਮ ਵੀ ਕਰਦੇ ਹਾਂ ਠੀਕ ਹੈ ਕਿੰਨੇ ਪਸ਼ੂ ਲੈ ਕੇ ਆਏ ਇੱਥੇ ਆਪਣੇ ਕੋਲ 11 ਮਹੀਨੇ ਨੇ ਠੀਕ ਆ ਸੇਲ ਹੋਇਆ ਕੋਈ ਹਾਂਜੀ ਸੇਲ ਹੋਇਆ ਕੋਈ ਹਾਂ 2 ਮਹੀਨੇ ਸੇਲ ਕਰਦੇ ਹਾਂ ਦੋ ਹੋ ਗਈਆਂ ਅੱਜ ਮੰਡੀ ਮਾਲ ਵਾਲਾ ਹਨਾ ਹਾਂ ਮਾਲ ਬਹੁਤ ਜ਼ਿਆਦਾ ਬਈ ਜਿੰਨਾ ਵੀ ਕਹਿੰਦੇ ਬਹੁਤ ਜ਼ਿਆਦਾ ਮਾਲ ਮਤਲਬ ਰਿਕਾਰਡ ਹੀ ਟੁੱਟਿਆ ਪਿਆ ਅੱਜ ਤਾਂ ਹਨਾ ਹਾਂ ਬਹੁਤ ਜ਼ਿਆਦਾ ਮਾਲ ਹੋਇਆ ਬਈ ਬਹੁਤ ਜ਼ਿਆਦਾ ਜਿੰਨਾ ਵੀ ਕਹਿੰਦੇ
ਤੇ ਏਰੀਆ ਕਿਹੜਾ ਆਪਣਾ ਬਾਈ? ਆਪਣਾ ਦੌਲਤਪੁਰਾ ਜੀ। ਦੌਲਤਪੁਰਾ ਮੋਗਾ ਜ਼ਿਲ੍ਹਾ? ਇੱਧਰ ਨਾ ਨਾ ਇੱਥੇ ਨਾਲ ਜੀ ਮਤਲਬ। ਤੇ ਆਪਣਾ ਕੰਟੈਕਟ ਨੰਬਰ ਬਾਈ? 98-721-94-94 ਠੀਕ ਆ ਬਾਈ। ਬਾਲਿਆਂ ਵਾਲੀ ਹੈ? ਹਾਂ ਬਾਲਿਆਂ ਠੀਕ ਆ। ਦੌਲਤਪੁਰ ਤੇ ਬਾਈ ਤੋਂ ਬਾਈ ਕੋਲੇ ਆਹ ਮਤਲਬ ਆਹ ਝੋਟੀਆਂ ਵੀ ਸਾਰੀਆਂ ਤੇ ਆਪਾਂ ਖੜੇ ਡਿਟੇਲ ਪੁੱਛ ਲੈਣੇ ਕਿਉਂਕਿ ਮਾਲ ਬਹੁਤ ਹੈਗਾ। ਤੇ ਇਹਦੀ ਬਾਈ ਕੀ ਡਿਟੇਲ ਹੈ? ਦੂਜੇ ਨੰਬਰ ਦੀ ਕਿੰਨਾ ਕਰਾਇਆ? 85,000 ਦੀ ਦੇ ਦੇਣੀ ਹੈ। 85,000 ਦੀ? ਹਾਂ ਨਾ ਗਈ। ਹਾਂ ਹਾਂ ਨਾ 85। ਕਿਹੜੇ ਸੂਏ ਸੂਈ ਵੀ ਆ ਇਹ? ਕਿਹੜੇ ਸੂਏ? ਤੀਜੇ ਆ ਜੀ। ਤੀਜੇ ਸੂਏ? ਹਾਂ ਜੀ ਹਾਂ ਜੀ। ਤੇ ਬੱਚਾ ਕੀ ਆ? ਹਾਂ ਇਹ ਕੱਟੀ ਆ ਮਗਰ ਜੀ। ਮਗਰ ਕੱਟੀ ਆ? ਹਾਂ ਜੀ ਹਾਂ ਜੀ। ਕਿੰਨਾ ਦੁੱਧ ਪਾਜੂ ਇਹ? ਦੁੱਧ ਪਾਉਣਾ ਨੇ 13-14 ਕਿਲੋ ਜੀ। 13-14 ਕਿਲੋ ਖੁੱਲਾ ਦੇ? ਹਾਂ ਖੁੱਲਾ ਪਾਉਣਾ 13-14 ਕਿਲੋ ਜੀ। ਠੀਕ ਆ। ਹਾਂ ਜੀ ਹਾਂ ਜੀ। ਮੁੱਲ ਕਿੰਨਾ ਕਿਹਾ ਜੀ? 85,000 ਦੇਣੇ ਆ। ਮੁੱਲ ਕਿੰਨਾ ਹੀ ਕਰੇ? ਦੇਣੀ ਆ। ਹਾਂ ਦੇਣੀ ਆ 85। ਠੀਕ ਆ। ਤੇ ਤੂੰ ਗਾਹਾਂ ਵਾਲੀ? ਬਸ ਆਹ ਗੱਬਨ ਆ ਜੀ, ਇਹ ਕੱਢਦੀ ਆ, 10 ਦਿਨ ਕੱਢਦੀ ਆ ਜੀ। 10 ਦਿਨ ਕੱਢਦੀ ਆ? 10 ਦਿਨ ਕੱਢਦੀ ਆ। ਠੀਕ ਆ। ਇਹ ਕਿਹੜੇ ਸੂਏ ਸੁਣਦੀ ਆ? ਇਹ ਤੀਜੀ ਇਹਨੇ ਸੁਣਾ ਜੀ, ਤੀਜੇ ਸੂਏ। ਹਾਂ ਇਹ ਕਿੰਨਾ ਦੁੱਧ ਕੱਢਦੀ? ਮੁੱਲ 1-10 ਆ ਜੀ, 95,000 ਦੀ ਦੇਣੀ ਆ। 95,000 ਦੀ ਇਹਦੀ? ਹਾਂ ਨਾ ਗਈ। 14 ਕਿਲੋ ਖੁੱਲਾ ਪਾਇਆ ਮੈਂ ਇਹਨੇ ਜੀ। 14 ਕਿਲੋ ਖੁੱਲਾ ਪਾਇਆ? ਇਸ ਵਾਰ ਉਹਨਾਂ ਦਾ ਦਊਗੀ? ਹਾਂ ਹਾਂ ਖੁੱਲਾ ਜੀ, ਵੱਧ ਕੱਢੂਗੀ ਮੈਂ ਜੀ। ਠੀਕ ਆ। ਹਾਂ ਤੇ ਪਿੱਠ ਪੁੜੇ ਦੀ ਇਹ ਵੀ ਚੌੜੀ ਆ ਵਧੀਆ, ਹੈਨਾ? ਆ ਕਰੀ ਮਣਾ ਭਾਈ, ਗਾਹਾਂ ਵਾਲੀ ਕਰੀ ਮਣਾ। ਸੂਆ ਕਿਹੜਾ? ਦੂਜੇ ਜੀ, ਦੂਜੇ ਸੂਏ ਸੂਈ ਆ। ਠੀਕ ਆ। ਇਹਦਾ ਮੁੱਲ? ਮੁੱਲ 85,000 ਜੀ ਦਾ। 85,000 ਦੇਣ ਲੈਣਾ ਮੌਕੇ ਤੇ? ਮੌਕੇ ਤੇ ਹੋਜੂ, ਬਾਕੀ ਘੱਟ ਵੱਧ ਜੀ। ਘੱਟ ਵੱਧ ਹੋ ਜੂਗਾ। ਹਾਂ ਠੀਕ ਆ। ਤੇ ਉਹ ਦੁਕਾਨ ਵੀ ਆਪਣੀ? ਗਾਹਾਂ ਵਾਲੀ ਆਪਣੀ ਆ ਬਾਈ, ਕਰੀ ਮਾੜਾ ਜਾ, ਗਾਹਾਂ ਵਾਲੀ ਆਪਣੀ। ਪਹਿਲੇ ਦੂਜੇ ਜੀ? ਦੂਜੇ। ਬਾਕੀ ਆ ਸੂਬੀ ਇੱਕ ਮੈਂ ਹੋਰ ਵੱਡੀ। ਇਹਦਾ ਮੁੱਲ? ਇਹਦਾ ਮੁੱਲ 1-10 ਕਰ ਦੇ। 1-10? ਹਾਂ ਜੀ ਹਾਂ। ਤੇ ਇਹਦੇ ਤੋਂ ਮੌਕੇ ਤੇ ਹੋ ਜੂਗਾ? ਹਾਂ ਬਾਕੀ ਮੌਕੇ ਤੋਂ ਵੱਧ ਘੱਟ ਜੀ। ਤੇ ਆਹ ਸੂਈ ਖੜੀ ਆ, ਹੁਣੀ ਸੂਈ ਆ ਮੰਡੀ ਜਾ ਕੇ ਸੂਈ ਹੈ ਨਾ? ਹਾਂ ਮੰਡੀ ਜਾ ਕੇ ਸੂਈ ਬਾਈ। ਇਹਦੇ ਮੇਰਾ ਬੱਚਾ ਕੀ ਆ? ਹਾਂ ਜੀ ਕੱਟੀ ਆ। ਹਾਂ ਕੱਟੀ ਆ। ਕਿਹੜੇ ਸੂਏ? ਇਹ ਹੈਗੇ ਆ ਤੀਜੇ ਚੌਥੇ, ਇਹ ਆ ਜੀ ਤੀਜੇ ਚੌਥੇ। ਹਾਂ ਜੀ ਹਾਂ ਜੀ। ਇਹ ਕਿੰਨਾ ਦੁੱਧ ਕੱਢ ਦੋ? ਇਹਨੇ ਪਾਉਣਾ 13-14 ਕਿਲੋ ਇਹਨੇ ਪਾਉਣਾ ਜੀ। 13-14 ਕਿਲੋ ਇਹ ਸਾਫ ਸੂਪ, ਬਹੁਤ ਥਾਣਾਂ ਦੇ ਬਹੁਤ ਸਾਫ ਹੈ, ਜਿੰਨੀ ਜਗ੍ਹਾ ਖਾਣ ਥੋੜ ਚੰਗੇ ਹੈ ਨਾ, ਲੇਵਾ ਵਧੀਆ ਕੱਢਿਆ ਵਾ। ਹਾਂ ਜੀ ਹਾਂ ਜੀ। ਮੁੱਲ 1-5 90,000 ਦੀ ਦੇਣੀ ਜੀ। 90 ਜੀ ਇਹਦੇ? ਹਾਂ ਮੁੱਲ 1-5। ਠੀਕ ਆ। ਤੇ ਆ ਲਾਸਟ ਤੇ ਆ? ਹਾਂ ਵੱਡੀਆਂ ਮਈਆਂ ਆਪਣੀਆਂ ਇਹ ਵੀ ਦੋਨੇ ਜੀ। ਆ ਦੋਵੇਂ ਹੀ ਆਪਣੀਆਂ? ਹਾਂ ਯਾਰ ਠੀਕ ਆ। ਇਹ ਵੀ ਦੱਸ ਦੇ ਮੈਂ। ਇਹਦਾ 1-30 ਹੈ ਜੀ। ਆ ਬਹੁਤ ਵੱਡੀ ਆ ਨਾ ਗੱਦ ਕਾੜ ਵਿੱਚ। ਇਹਦਾ ਮੁੱਲ 1-30 ਆ? ਹਾਂ ਜੀ ਹਾਂ ਜੀ। ਕਿੰਨੇ ਦੀ ਛੱਡਣੀ? 4-5 ਦਿਨ ਸੂਈ ਨੂੰ ਇਹਨੂੰ ਜੀ। ਛੱਡਣੀ ਕਿੰਨੇ ਦੀ ਆ ਇਹ? ਹੈ ਜੀ ਕਿੰਨੇ ਛੱਡਣੀ ਆ ਇਹ? ਇਹ ਬਾਕੀ ਮੌਕੇ ਤੇ ਹੋ ਜੂਗੀ। ਮੌਕੇ ਤੇ ਹੋ ਜੂਗਾ? ਹਾਂ ਜੀ ਹਾਂ। ਕਿਹੜਾ ਸੂਆ? ਹਾਂ ਇੱਕ ਆ ਹੈਗੀ ਜੀ। ਇਹ ਸੂਈ ਵੀ ਆ? ਹਾਂ ਇਹ ਸੂਈ ਹੋਈ ਹੈ। ਹਾਂ ਜੀ। ਕਿੰਨੇ ਦਿਨ ਹੋ ਗਏ? ਇਹ 5-7 ਦਿਨ ਹੀ ਹੋਏ ਬਾਲੇ ਨੇ, ਇਹ ਤਾਜ਼ੀਆਂ ਹੀ ਆ ਮਈਆਂ ਦੋਨੇ ਜੀ। ਤਾਜ਼ੀਆਂ ਹੀ? ਹਾਂ ਜੀ ਹਾਂ ਜੀ। ਕਿੰਨਾ ਪਾਦੂ ਦੁੱਧ ਇਹ? ਦੁੱਧ ਇਹਨੇ ਪਾਉਣਾ 15-16 ਕਿਲੋ ਖੁੱਲਾ ਪਾਉਣਾ ਮੈਂ ਜੀ। 15-16 ਕਿਲੋ ਇਹ? ਹਾਂ ਖੁੱਲਾ ਪਾਉਣਾ, ਦੋਨੇ ਮਈਆਂ ਵੱਡੀਆਂ ਨੇ ਜੀ। ਠੀਕ ਆ। ਹਾਂ ਤੇ ਆਹ? ਹਾਂ ਇੱਕ ਆ। ਹਾਂ ਆ ਵੀ ਸੂਈ ਹੋਈ ਹੈ ਜੀ। ਇਹਨੂੰ ਕਿੰਨੇ ਦਿਨ ਹੋ ਗਏ ਸੂਈ? ਹਾਂ ਇਹਨੂੰ 7-8 ਦਿਨ ਹੀ ਹੋਇਆ ਸੂਈ। 7-8 ਦਿਨ? ਹਾਂ ਠੀਕ ਆ। ਹਾਂ ਤੇ ਮੁੱਲ ਇਹਦਾ? ਇਹਦਾ ਜੀ 1-20 ਹੈ ਜੀ। 1-20 ਇਹਦਾ ਮੁੱਲ ਆ ਬਾਈ।
ਬਾਕੀ ਸਾਰੀਆਂ ਮੱਝਾਂ ਬਾਈ ਕੋਲੇ ਸੀਗੀਆਂ ਉਹ ਤਾਈ ਤੇ ਤੋਰ ਕੇ ਤੁਹਾਨੂੰ ਤਾਂ ਨੀ ਦਿਖਾਈਆਂ, ਇੱਕ ਚੰਗੀ ਦਿਖਾਤੀ ਆ ਕਿਉਂਕਿ ਮਾਲ ਬਹੁਤ ਪਹੁੰਚਿਆ ਵਾ, ਬਾਕੀ ਪਸ਼ੂ ਡਰ ਟੁਰ ਵੀ ਜਾਂਦਾ ਕਈ ਵਾਰੀ ਤੇ ਜਗ੍ਹਾ ਵੀ ਹੈ ਨੀ ਗੀ ਤੋਰਨ ਨੂੰ, ਤਾਂ ਕਰਕੇ ਤੋਰ ਨੀ ਤੋਰ ਕੇ ਨੀ ਦਿਖਾਈਆਂ, ਡਿਟੇਲ ਆਪਾਂ ਸਾਰੀ ਲੈ ਤੀ ਬਾਕੀ ਗਾਹਕ ਪਿਆ ਵਾ। ਸੌਦਾ ਚੱਲੀ ਜਾਂਦਾ ਇਹਨਾਂ ਦੇ ਵਿੱਚੋਂ ਝੋਟੀਆਂ ਦਾ ਤੇ ਗਾਹਕ ਪਾਇਆ ਵਾ ਦੇਖ ਸਕਦੇ। ਇਸ ਮਾਈ ਦਾ ਸੌਦਾ ਚੱਲੀ ਜਾਂਦਾ ਵਪਾਰ ਦਾ ਕੰਮ ਆ ਬਾਈ ਦਾ, ਡਿਟੇਲ ਬਾਈ ਨੇ ਸਾਰੀ ਦੱਸ ਹੀ ਦਿੱਤੀ ਆ। ਘਰੇ ਪਸ਼ੂ ਬਹੁਤ ਹੁੰਦੇ ਆ, ਇੱਥੇ ਹੀ ਮੱਝਾਂ ਬਹੁਤ ਲੈ ਕੇ ਆਏ ਆ, ਮਾਲ ਜ਼ਿਆਦਾ ਹੋਣ ਕਰਕੇ ਹੋ ਸਕਦਾ ਪਸ਼ੂ ਘੱਟ ਵਿਕਣ, ਦੋ ਵਿਕ ਗਏ, ਬਾਕੀ ਇਹਦਾ ਸੌਦਾ ਚੱਲੀ ਜਾਂਦਾ। ਤੋਰ ਕੇ ਤਾਂ ਨੀ ਦਿਖਾਏ ਆਪਾਂ ਕਿਉਂਕਿ ਜਗ੍ਹਾ ਦੀ ਥੋੜੀ ਤੰਗੀ ਆ ਗਈ, ਇੱਧਰ ਮੂਹਰੇ ਪਸ਼ੂ ਵੀ ਖੜੇ ਆ, ਫਿਰ ਖਿਆਈ ਹੁੰਦੀ ਹੈ, ਪਸ਼ੂ ਡਰ ਡੁਰ ਜਾਂਦਾ ਕਈ ਵਾਰੀ। ਡਿਟੇਲ ਆਪਾਂ ਸਾਰੀ ਲੈ ਤੀ, ਬਾਕੀ ਤੁਸੀਂ ਕੰਟੈਕਟ ਕਰ ਸਕਦੇ ਹੋ। ਗਾਹਕ ਪਈ ਜਾਂਦੇ ਆ ਗੇ ਇਹਨਾਂ ਝੋਟੀਆਂ ਨੂੰ। ਪਿਓਰ ਬਰੀਡ ਦੇ ਵਿੱਚ ਹੈਗੀ, ਵੱਡੇ ਕੱਦ ਕਾਰਡ ਦੇ ਵਿੱਚ ਆ, ਤੇ ਪਿੱਠ ਪੁੜਾ ਦੇਖ ਸਕਦੇ ਤੁਸੀਂ, ਆਰਡਰ ਵੀ ਦੇਖ ਸਕਦੇ ਚੰਗਾ, ਥੋੜਾ ਜਿਹਾ ਡਰਦੀ ਆ ਕੱਠ ਜ਼ਿਆਦਾ ਕਰਕੇ, ਹੈ ਪਿਓਰ ਆ ਪੂਰੀ। ਮੋੜ ਲਾ 30 ਲੀਟਰ ਤਿਆਰ ਆ ਹੁਣ। ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ, ਬਹੁਤ ਚੰਗੀ ਆ, ਬਹੁਤ ਸੋਹਣੀ ਆ ਫੇਸ ਕੁਆਲਿਟੀ ਵੀ। ਫੇਸ ਕੁਆਲਿਟੀ ਦੇਖ ਸਕਦੇ, ਕੱਦ ਕਾਠ ਵੀ ਬਹੁਤ ਹੈਗਾ, ਤੇ ਬੈਕ ਸਾਈਡ ਤੋਂ ਆਰਡਰ ਦੇਖ ਸਕਦੇ ਹੋ, ਥਣਾ ਦਾ ਸਾਈਜ਼ ਸੂਜ ਪਾਸੇ ਤੋਂ ਵੀ ਤੁਹਾਨੂੰ ਆਪਾਂ ਆਰਡਰ ਦਿਖਾ ਦਿੰਦੇ, ਮੂਹਰ ਨੂੰ ਵੀ ਬਹੁਤ ਆ, ਤੇ ਬਾਕੀ ਆਪਾਂ ਤੁਹਾਨੂੰ ਡਿਟੇਲ ਲੈ ਦਿੰਦੇ ਆ ਕੀ ਡਿਟੇਲ ਆ ਜੀ, ਕੀ ਗੱਲ ਬਾਤ ਆ। ਗਾਹਕ ਗਾਹ ਨੂੰ ਪਏ ਗਏ, ਬਾਕੀ ਆਪਾਂ ਡਿਟੇਲ ਲੈ ਲੈਂਦੇ ਆ, ਮਾਲ ਬਹੁਤ ਜ਼ਿਆਦਾ ਹੈਗਾ ਤਾਂ ਕਰਕੇ ਥੋੜਾ ਤੋਰਨ ਦੇ ਵਿੱਚ ਵੀ ਔਖਾ ਹੈਗਾ ਪਸ਼ੂ ਨੂੰ, ਪਸ਼ੂ ਡਰਦੇ ਵੀ ਇਹ ਵਿੱਚ ਕਈ ਵਾਰੀ ਘਰੋਂ ਨਹੀਂ ਨਿਕਲੇ ਹੁੰਦੇ ਗੇ, ਤੇ ਇਸ ਤਰ੍ਹਾਂ ਹੀ ਤੁਹਾਨੂੰ ਐਡਜਸਟ ਕਰਨਾ ਪਊਗਾ। ਬਾਕੀ ਆਪਾਂ ਪੁੱਛ ਲੈਂਦੇ ਡਿਟੇਲ ਬਾਈ ਤੋਂ, ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ। ਬਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਐਚਐਫ ਦੇ ਵਿੱਚ, ਕਿਹੜੇ ਸੂਏ ਸੂਈ ਵੀ ਆ? ਦੂਜੇ ਸੂਏ ਸੂਈ ਵੀ ਆ,
ਕਿੰਨੇ ਦਿਨ ਹੋ ਗਏ ਸੂਈ ਨੂੰ? 5 ਦਿਨ ਕਿੰਨਾ ਤਿਆਰ ਹੋਊ ਹੁਣ ਬਾਈ? 30 ਲੀਟਰ ਤਿਆਰ ਆ? ਠੀਕ ਆ, ਕੋਈ ਤਸੱਲੀ ਕਰਕੇ ਲਿਆ ਸਕਦਾ? ਤੇ ਹੋਰ ਕਿੰਨਾ ਕੱਢ ਦੂਗੀ ਇਹ? ਸਹੀ ਗੱਲ, ਗਰਮੀ ਦਾ ਫਰਕ ਪੈ ਜਾਂਦਾ ਬਾਕੀ ਸੇਵਾ ਤੇ, ਹਨਾ? ਠੀਕ ਆ, ਤੇ ਬੱਚਾ ਕੀ ਆ ਬਾਈ? ਮਗਰ ਬੱਚਾ ਕੰਮ ਆਪਣਾ ਵਪਾਰ ਦਾ ਕਿਵੇਂ? ਘਰ ਦੀ ਘਰੇਲੂ ਹੀ ਆ? ਠੀਕ ਆ, ਤੇ ਮੁੱਲ ਕੀ ਕਰਿਆ ਬਾਈ? ਕੌਲੋ ਪਿੰਡ ਵੀ ਪੈ ਜਾਂਦਾ ਗੌਂਤੀ ਵੀ, ਹਨਾ? ਤੇ ਕੰਟੈਕਟ ਨੰਬਰ ਬਾਈ? 9436 3611 9436 3611 ਹਨਾ? ਠੀਕ ਆ ਬਾਈ, ਧੰਨਵਾਦ ਬਾਈ। ਦੋਸਤੋ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋ, ਜਿਹਨੂੰ ਗਾਂ ਪਸੰਦ ਆਉਂਦੀ ਆ, ਜੇ ਇੱਥੇ ਵਿਕਦੀ ਆ ਤਾਂ ਠੀਕ ਆ, ਅਤੇ ਨਹੀਂ ਤੁਸੀਂ ਬਾਈਆਂ ਦੇ ਨਾਲ ਕੰਟੈਕਟ ਕਰਕੇ ਗਾਂ ਨੂੰ ਖਰੀਦ ਸਕਦੇ ਹੋ। ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਤੀ ਆ, ਬਾਕੀ ਗਾਂ ਚੰਗੀ ਹੈ। ਲਓ ਵੀ ਦੋਸਤੋ, ਤੁਹਾਨੂੰ ਆਪਾਂ ਐਚ ਐਫ ਦੇ ਵਿੱਚ ਪੈਂਦੀ ਗਾਂ ਤੋਰ ਕੇ ਦਿਖਾਉਂਦੇ ਹਾਂ, ਕੱਦ ਕੱਢ ਦਰਮਿਆਨੇ ਦੇ ਵਿੱਚ, ਆਰਡਰ ਕੁਆਲਿਟੀ ਚੰਗੀ ਹੈ ਜੀ। ਬਾਕੀ ਫੇਸ ਕੁਆਲਿਟੀ ਵੀ ਦੇਖ ਸਕਦੇ ਹੋ ਤੁਸੀਂ, ਸੋਹਣੀ ਹੈਗੀ, ਅਤੇ ਪ੍ਰਿੰਟ ਵੀ ਸੋਹਣਾ ਹੈਗਾ, ਪਰ ਥੋੜ੍ਹੀ ਕ੍ਰੋਸ 'ਚ ਪੈਂਦੀ ਹੈਗੀ, ਦੇਖ ਸਕਦੇ ਹੋ ਤੁਸੀਂ। ਤੇ ਤਾਜ਼ੀ ਸੂਈ ਵੀ ਲੱਗਦੀ ਹੈ, ਬਾਕੀ ਆਪਾਂ ਡਿਟੇਲ ਪੁੱਛ ਲਾਂਗੇ ਭਾਈ ਤੋਂ। ਬੱਚਾ ਇੱਧਰ ਦੇਖ ਸਕਦੇ ਤੁਸੀਂ ਖੜਾ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਬਾਈ ਜਿਹੜੀ ਆਪਾਂ ਗਾਂ ਤੋਰ ਕੇ ਦਿਖਾਈ ਆ, ਕਿਹੜੇ ਸੂਏ ਸੂਈ ਵੀ ਆ ਇਹ? ਦੂਜੇ ਸੂਏ, 7 ਦਿਨ ਹੋ ਗਏ ਸੋਮਵਾਰ ਦੀ ਸੂਈ ਹੋਈ ਆ ਭਰਾ। 7 ਦਿਨ ਹੋ ਗਏ, ਕਿੰਨਾ ਦੁੱਧ ਹੋਊ? 19 ਲੀਟਰ ਖੜੀ ਜਿਹੜੀ, ਹਨਾ? ਠੀਕ ਹੈ, ਇਹ ਬੱਚੀ ਹੈਗੀ। ਤੇ ਆਪਣਾ ਵਪਾਰ ਦਾ ਕੰਮ ਆ ਕਿਵੇਂ? ਘਰੇਲੂ ਲੈ ਕੇ ਆਏ? ਠੀਕ ਆ, ਤੇ ਮੁੱਲ ਕੀ ਕਰਿਆ ਦਾ ਬਾਈ? ਮੁੱਲ 55,000 ਕਿੰਨੇ ਦੀ ਛੱਡਣੀ ਆ? ਛੱਡਣੀ ਆ ਬਾਈ, ਛੱਡਣੀ ਹੈਗੀ, ਮਾਨਤਾਨ ਵਿੱਚ ਹੋ ਜੂਗਾ। ਕਿਹੜਾ ਏਰੀਆ? ਪਿੰਡ ਧੌਲਾ ਬਾਈ, ਤਹਿਸੀਲ ਤਬਾ। ਤਹਿਸੀਲ ਤਬਾ, ਜ਼ਿਲ੍ਹਾ ਬਰਨਾਲਾ? ਜ਼ਿਲ੍ਹਾ ਬਰਨਾਲਾ। ਠੀਕ ਆ, ਕੰਟੈਕਟ ਨੰਬਰ? 98799 83299 83299 83299 83299 ਠੀਕ ਆ ਬਾਈ। ਲਓ ਵੀ ਦੋਸਤੋ, ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰ ਸਕਦੇ ਹੋਗੇ। ਘਰੇਲੂ ਬਹਿੜਾ, ਕੋਈ ਵਪਾਰ ਦਾ ਕੰਮ ਨਹੀਂ ਹੈਗਾ। ਬੱਚੀ ਦਿੱਤੀ ਆ, ਮੂਹਰੇ ਖੜੀ ਆ, ਅਤੇ ਥੋੜ੍ਹੀ ਜਿਹੀ ਕ੍ਰੋਸ ਦੇ ਵਿੱਚ ਹੈਗੀ, ਅਤੇ ਬਾਕੀ ਲੇਵਾਲੂਗਾ ਚੰਗਾ ਦਿਖਾਉਂਦੀ ਆ, ਅਤੇ ਜਿਹਨੂੰ ਪਸੰਦ ਆਉਂਦੀ ਹੈ ਤੁਸੀਂ ਕੰਟੈਕਟ ਬਾਈ ਦੇ ਨਾਲ ਕਰ ਸਕਦੇ ਹੋਗੇ।